ਪਿਛਲੇ ਲੰਬੇ ਸਮੇਂ ਤੋਂ ਜਿਹੜਾ ਰਣਜੀਤ ਸਿੰਘ ਢੱਡੀਆਂ ਵਾਲੇ ਦਾ ਵਾਦ ਵਿਵਾਦ ਚੱਲ ਰਿਹਾ, ਉਸ ਨੂੰ ਦੇਖਦਿਆਂ ਸਤਿਕਾਰ ਕਮੇਟੀ UK ਵੱਲੋਂ ਗੁਰਦੁਆਰਾ ਸਾਹਿਬ ਵਿੱਚ ਪੰਜ ਸਿੰਘਾਂ ਵੱਲੋਂ ਅਰਦਾਸ ਕੀਤੀ ਗਈ ਹੈ ਕਿ ਖਾਲਸਾਈ ਸਿਧਾਂਤਾਂ ਉੱਪਰ ਪਹਿਰਾ ਦੇਣ ਵਾਲੇ ਗੁਰਸਿੱਖਾਂ ਦੀ ਚੜ੍ਹਦੀ ਕਲਾ ਹੋਵੇ, ਢੱਡੀਆਂ ਵਾਲੇ ਸਮੇਤ ਸਾਰੇ ਨਿੰਦਕ ਲੈਣ ਦੀ ਮਚਾਈ ਅੱਤ ਦਾ ਅੰਤ ਹੋ ਜਾਵੇ, ਇਹ ਦੁਸ਼ਟ ਟੋਲਾ ਸਦਾ ਵਾਸਤੇ ਗੁਰੂ ਖਾਲਸਾ ਪੰਥ ਦੇ ਗਲੋਂ ਲੈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਗੁਰੂ ਖਾਲਸਾ ਪੰਥ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਪਿਛਲੇ 3-4 ਸਾਲਾਂ ਤੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਨਾਲ ਉਹਨਾਂ ਦੇ ਕੁਝ ਹੋਰ ਲੋਕ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੱਕ ਅਤੇ ਗੁਰ ਅਸਥਾਨ ਗੁਰ ਇਤਿਹਾਸ ਦੇ ਉੱਪਰ ਲਗਾਤਾਰ ਕਿੰਤੂ ਪਰੰਤੂ ਨਿੰਦਿਆ ਕਰ ਰਹੇ ਹਨ। ਇਹੋ ਜਿਹੇ ਲੋਕਾਂ ਨੂੰ ਠੱਲ ਪਾਉਣ ਵਾਸਤੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ 5 ਮੈਂਬਰੀ ਕਮੇਟੀ ਬਣੀ ਆ, ਉਹ ਵੀ ਲੋਕ ਯਤਨ ਕਰਦੇ ਆ ਇਹਨਾਂ ਨਾਲ ਮਿਲ ਬੈਠ ਕੇ ਗੱਲ ਕਰਨ ਨੂੰ, ਅਤੇ ਨਾਲ ਨਾਲ ਜੋ ਗੁਰੂ ਕੇ ਸਿੰਘ ਸਿਧਾਂਤਕ ਤੌਰ 'ਤੇ ਇਹਨਾਂ ਦਾ ਵਿਰੋਧ ਕਰ ਰਹੇ ਹਨ, ਇਹਨਾਂ ਦੇ ਦੀਵਾਨ ਰੋਕਣ ਲਈ ਜੋ ਯਤਨ ਕਰਦੇ ਹਨ, ਉਹਨਾਂ ਗੁਰਸਿੱਖਾਂ ਦੀ ਚੜ੍ਹਦੀ ਕਲਾ ਵਾਸਤੇ ਅਤੇ ਜੋ ਨਿੰਦਕ ਲਾਣਾ ਹੈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਅਤੇ ਇਹਨਾਂ ਦੇ ਨਾਲ ਹੋਰ ਜਿੰਨੇ ਵੀ ਲੋਕ ਹਨ, ਇਹ ਕੌਮ ਦੇ ਗਲੋਂ ਲਹਿ ਜਾਣ। ਇਸ ਕਰਕੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸਤਿਕਾਰ ਕਮੇਟੀ UK ਦੇ ਸੇਵਾਦਾਰਾਂ ਨੇ ਅੱਜ ਅਰਦਾਸ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਹੈ ਕਿ ਇਹ ਲੋਕ ਖਾਲਸਾ ਪੰਥ ਦੇ ਗਲੋਂ ਲਹਿ ਜਾਣ ਅਤੇ ਅਗਾਂਹ ਗੁਰੂ ਖਾਲਸਾ ਪੰਥ ਇਹੋ ਜਿਹੇ ਦੁਸ਼ਟਾਂ ਨੂੰ ਇਹੋ ਜਿਹੇ ਨਿੰਦਕ ਲੋਕਾਂ ਨੂੰ ਕਿਸ ਤਰ੍ਹਾਂ ਗੁਰੂ ਕੇ ਖਾਲਸੇ ਅੱਗੇ ਪਹਿਲਾਂ ਇਹਨਾਂ ਨੂੰ ਸਜ਼ਾ ਦਿੰਦੇ ਆ ਰਹੇ, ਅਗਾਂਹ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਸਜ਼ਾ ਮਿਲੇ, ਉਹ ਚੀਜ਼ ਉਸ ਗੱਲ ਨੂੰ ਮੁੱਖ ਰੱਖਦੇ ਹੋਏ, ਪੰਥਕ ਰਵਾਇਤਾਂ ਵਾਲੀ ਗੱਲ ਨੂੰ ਮੁੱਖ ਰੱਖਦੇ ਹੋਏ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਸਾਡੀ ਸਮੂਹ ਸੇਵਾਦਾਰਾਂ ਵੱਲੋਂ ਆਪ ਜੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਆਪਣਾ ਕੋਈ ਆਸਰਾ ਨਹੀਂ। ਗੁਰੂ ਸਾਹਿਬ ਜੀ ਨੂੰ ਆਪਾਂ ਗੁਰੂ ਖਾਲਸਾ ਪੰਥ ਅਰਦਾਸ ਕਰੀਏ ਕਿ ਇਹੋ ਜਿਹੇ ਨਿੰਦਕ ਲੋਕ ਗੁਰੂ ਖਾਲਸੇ ਪੰਥ ਦੇ ਗਲੋਂ ਲੈ ਜਾਣ। ਇਹ ਅੱਜ ਅਰਦਾਸ ਕੀਤੀ, ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਇਹ ਅਰਦਾਸ ਕਰੀਏ ਅਤੇ ਇਹ ਸਦਾ ਵਾਸਤੇ ਸਾਡੇ ਗਲੋਂ ਲੈ ਜਾਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।